ਨਮਸਕਾਰ ਹਫਤੇ ਦੇ ਲੇਖੇ ਜੋ ਖਿਚਤ ਹੁੰਦਾ ਸਭਨੇ ਦਾ ਸਵਾਗਤ ਹੈ ਮਿਆ ਰਜਨੀ ਅਨੁਭਵ ਆ ਸਭਨੇ ਸ਼ਪਲੇਪਾਲ ਪਾ ਨਿਆ ਹਫਤੇ ਪਰਚ ਹੋਈ ਦੀ ਗਤੀਵਿਧੀਆਂ ਉਪਰ ਪਿਛਲੇ ਲਗਭਗ ਇਕ ਬਰੇ થਵਾ ਬੰਦ ਸਕੂਲੇਂ ਕੀ ਸੋਮਵਾਰੇ ਪਰਤੀ ਖੋਲੀ ਦਿੱਤਾ ਗਿਆ ਤੇ ਇਸ ਕੇ ਲਈ ਪ੍ਰਸ਼ਾਸਨ ਬਖਿਆ ਜਾਰੀ ਆਦੇਸ਼ਾਂ ਦਾ ਪਾਲਨ ਕਰਦੇ ਹੋਈ ਪੂਰੀ ਸਾਵਧਾਨੀਆਂ ਵਰਤੀਆਂ ਗਈਆਂ ਉੱਥੇ ਕੇ ਸਕੂਲ ਖੁੱਲਨੇ ਦੇ ਪ੍ਰੰਤ ਵਿਦਿਆਰਥੀ ਚ ਕਾਫੀ ਉਤਸ਼ਾਹ ਦਿਖਨੇ ਲੱਗਿਆ ਸਕੂਲ ਪ੍ਰਸ਼ਾਸਨ ਪੂਰੀ ਸਾਵਧਾਨੀਆਂ ਨੀ ਕਰਨੇ ਉਹਨੇ ਬੱਚੇਂ ਕੀ ਸਕੂਲ ਚ ਪ੍ਰਵੇਸ਼ ਦ્વાਰ ਉਪਰ ਸੈਨਟਾਈਜ਼ਰ ਤੇ ਮਾਸਕ ਲਾਣੇ ਦੇ ਬਾਅਦ ਗਿਆ ਸਕੂਲ ਚ ਪ੍ਰਵੇਸ਼ ਕੀਤਾ ਤਾਂ ਕਿ ਉਹਦੇ ਸਵਾਸਥਿ ਲਈ ਕੋਈ ਪਰੇਸ਼ਾਨੀ ਨਹੀਂ ਹੋਵੇ ਵਿਦਿਆਰਥੀਆਂ ਵੀ ਸਕੂਲ ਖੁੱਲਣ ਦਾ ਸਵਾਗਤ ਕੀਤਾ ਤੇ ਪੜਾਈ ਲਈ ਸਕੂਲ ਖੋਲਣ ਲਈ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਔਨਲਾਈਨ ਕਲਾਸਿਸ ਮੇ ਇਹ ਥਾ ਕਿ ਅਗਰ ਹਮ ਕਲਾਸਿਸ ਲੱਗਦੀ ਥੀ ਤਾਂ ਕਬੀ ਨੈਟਵਰਕ ਕੀ ਪ੍ਰੋਬਲਮ ਹੁੰਦੀ ਥੀ वॉइस नहीं आती थी टीचर्स को टीचर्स की भी हमें नहीं आती थी और हम अच्छी तरह से नहीं पढ़ पाते थे अब क्लासेस लगी हैं प्रैक्टिकली तो हम अच्छी तरह से हर एक चीज़ पूछ सकते हैं टीचर्स से क्वेश्चन पूछ कर सकते हैं और उसी वक्त हम अपने जो वो क्वेश्चन जो हैं हम पूछ सकते हैं और कोई भी अगर हमें कुछ समझ ना आए वो पूछ सकते हैं हम देशों के संबंधे ले जम्मू कश्मीर की पूर्व मुख्यमंत्री महबूबा मुफ्ती ने ਕੇਂਦਰ ਸਰਕਾਰ ਦੀ ਨਸੀਹਤ ਦਿੱਤੀ ਉਹਨੇ ਆਖਿਆ ਜੇ ਪਾਕਿਸਤਾਨ ਤੇ ਚੀਨ ਦੇ ਇਲਾਵਾ ਨੇਪਾਲ ਬੰਗਲਾਦੇਸ਼ ਤੇ ਸ਼੍ਰੀਲੰਕਾ ਕਨੇ ਵੀ ਸਾਡੇ ਸਰਬੰਧ ਠੀਕ ਨਹੀਂ ਹਨ ਬੇਬੂਬਾ ਮੁਫਤੀ ਨੇ ਆਖਿਆ ਜਿਸ ਲਈ ਪਾਕਿਸਤਾਨ ਕਨੇ ਸਰਬੰਧ ਖਰਾਬ ਹੁੰਦੇ ਨੇ ਤੇ ਸੀਮਾ ਪਰ ਲੋਕਾਂ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਚੀਨ ਕਨੇ ਸਰਬੰਧ ਵਿਗੜਨੇ ਕਨੇ ਸਾਡੇ 22 ਸੈਨਿਕ ਆਪਣੀ ਜਾਨ ਗਵਾਈ ਹੋਈ ਮਹਿਬੂਬਾ ਨੇ ਕੇਂਦਰ ਸਰਕਾਰ ਦੀ ਚੋਣ ਜਿੱਤਣ ਵਾਲੀ ਮਸ਼ੀਨ ਕਰਾਰ ਦਿੱਤਾ महबूबा मुफ्ती पुंछ जिले के दौरे पर हिया। इस दौरान उन्हें पार्टी बैठक भी की जम्मू तो कश्मीर के लोगों के साथ भी बातचीत हुई एल के अडवाणी डिप्टी प्राइम मिनिस्टर की खुद वाजपेयी जी कश्मीर आए और उन्हें बोला की मैं खुद पाकिस्तान के साथ बातचीत करने के लिए तैयार हूँ यानी माहौल बदला ਔਰ ਆਜ ਜਦੋਂ ਅਸੀਂ ਦੇਖਦੇ ਹਾਂ ਮਾਹੌਲ ਬਹੁਤ ਹੀ ਜ਼ਿਆਦਾ ਵਿਗੜਾ ਹੋਇਆ ਹੈ ਜੰਮੂ ਕਸ਼ਮੀਰ ਚ ਕਰੋੜੇ ਰਸੋਈ ਗੈਸ ਉਪਭੋਗਤਾਵਾਂ ਦੀ ਸਿਲੰਡਰ ਪਰਵਾਹ ਨੇ ਦਿੱਂਜੜ ਤਵਾ ਉਹਨਾਂ ਮੁਕਤੀ ਦਲਾਣੇ ਦਿੱਤੇ ਤੋਲੇ ਕੇ ਕੇਂਦਰ ਸਰਕਾਰ ਨੇ ਗੈਸ ਪਾਈਪਲਾਈਨ ਪ੍ਰੋਜੈਕਟਾਂ ਉਪਰ ਕੰਮ ਸ਼ੁਰੂ ਕਰ ਦਿੱਤਾ ਇਸੇ ਲੀਸੇ ਲੀਸੇ ਚੋ ਤੋਲੇ ਗੈਬ ਭੂਮੀ ਅਧਿਗ੍ਰਹਿਣ ਦਾ ਕੰਮ ਵੀ ਸ਼ੁਰੂ ਹੋਇਆ ਇਹਦਾ ਐਲਾਨ ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨੋਰੇ ਲੋਕ ਸਭਾ ਚ ਪੇਸ਼ ਹੋਏ ਦੇ ਬਜਟ ਦੇ ਦੌਰਾਨ ਕੀਤਾ ਉਂਦੇ ਇਸ ਐਲਾਨ થਵਾ ਕਰੀਬ 12 ਸਾਲ ਪੁਰਾਣੀ ਜੰਮੂ ਬਠਿੰਡਾ ਗੈਸ ਪਾਈਪਲਾਈਨ ਪ੍ਰੋਜੈਕਟ ਪਰਤੀ ਹੈ ਠੰਡੇ ਵਸੇ ਥਾਂ ਬਾਹਰ ਆਈ ਗਈ ਹੈ ਇਹ ਪ੍ਰੋਜੈਕਟ ਕਰੀਬ 750 ਕਿਲੋਮੀਟਰ ਲੰਬੀ ਹੈ ਤੇ ਜੰਮੂ ਥਾਂ ਅੱਗੇ ਸ਼੍ਰੀਨਗਰ ਜਾਈਏ ਸੰਪਨ ਹੋ ਗੋ ਜੰਮੂ ਕਸ਼ਮੀਰ ਚ 3 ਦਿਨੇ ਤੋੜੀ ਚੱਲਨੇ ਵਾਲਾ ਪल्स पोलियो ਅਭਿਆਨ 2 ਫਰਵਰੀ ਗੀ ਸੰਪਨ ਹੋਆ ਇਸ ਅਭਿਆਨ ਚ 19 ਲੱਖ ਥਾਂ ਮਤੇ ਬੱਚੇ ਕੀ ਵੈਕਸੀਨ ਦੀ ਖੁਰਾਕ ਦਿੱਤੀ ਗਈ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਅਧਿਕਾਰੀ ਦਾ ਆਖਰ ਹੈ ਜੀ ਨਿਰਧਾਰਿਤ ਲਕਸ਼ਯ ਕੀ ਪੂਰਾ ਕਰ ਲਾਇਆ ਗਿਆ ਉੱਤਰੀ ਵਿਰਵਾਰੇ ਤਮਾ ਕਰੋਨਾ ਵੈਕਸੀਨ ਦਾ ਟੀਕਾਕਰਨ ਪਰਤੀ ਸ਼ੁਰੂ ਹੋ ਗਿਆ ਜੰਮੂ ਕਸ਼ਮੀਰ ਕੀ ਪੂਰੀ ਚਾਲੀ ਕਰਨੇ ਪੋਲੀਓ ਉਨਮੁਕਤ ਬਣਾ ਲੈ ਲਈ ਪੰਜ ਬਰੇ ਤਮਾ ਕਟ ਉਮਰ ਦੇ ਕੁੱਲ 19,23,790 ਬੱਚੇਂ ਕੀ ਦੋ ਬੂੰਦ ਜ਼ਿੰਦਗੀ ਕੀ ਪਿਲਾਣੇ ਦਾ ਲਕਸ਼ਯ ਨਿਰਧਾਰਿਤ ਕੀਤਾ ਗਿਆ ਹਾ ਪੀਡੀਪੀ ਦੇ ਅਧਿਐਖ ਮਹਿਬੂਬਾ ਮੁਸਤੀ ਨੇ ਰਾਜੋਰੀ ਚ ਪਾਰਟੀ ਕਾਰਜਕਰਤਾਈ ਦੀ ਬੈਠਕ ਚ ਸੋਮਵਾਰੇ ਆਖਿਆ ਜੇ ਜੰਮੂ ਕਸ਼ਮੀਰ ਚ ਬੜੇ ਗਏ ਮੁਸ਼ਕਲ ਆਲਾਤ ਚਲਾਰ ਦੇਣ ਉਨੇ ਆਖਿਆ ਜੇ ਮੁਫਤੀ ਮੋਮਨਦ ਸੈਦ ਨੇ ਬਾਸ਼ਪਾਕ ਨੇ ਵਿਕਾਸ ਤੇ ਪਾਈਚਾਰਾ ਕਾਇਮ ਕਰਨੇ ਗਿੱਤੇ ਜੰਮੂ ਕਸ਼ਮੀਰ ਸਰਕਾਰ ਬਣਾਈ ਹੀ ਇਹਦੇ ਕੰਨੇ ਉਹਦੇ ਆਪਣੇ ਕੇ ਲੋਕ ਉਹਦੇ ਕੰਨੇ ਨਰਾਜ਼ ਹੋਈਏ ਉਹ ਚਾਹਦੇ ਤੇ ਕਾਂਗਰਸ ਕਨੇ ਸਰਕਾਰ ਚਲਾਈ ਸਕਦੇ ਪਰ ਸ਼ਾਂਤੀ ਆਣਾ ਵੀ ਜ਼ਰੂਰੀ ਹਾ ਉਹਨੇ ਵੀ ਆਖਿਆ ਜੇ ਪੀਡੀਪੀ ਤੇ ਬਾਸ਼ਪਾ ਦੇ ਵਿੱਚ ਅਨੁਸ਼ੇਦ 370 ਇੱਕ ਦਵਾਰ ਹੀ 370 ਖਤਮ ਹੋਣੇ ਕਰਨੇ ਕਿਉਂਆ ਜੰਮੂ ਕਸ਼ਮੀਰ ਦੀ ਜਨਤਾ ਕੀ ਕੇ ਮਿਲਿਆ ਪੜੇ ਲਿਖੇ ਦੇ ਯੁਵਾ ਦਰਦਾਂ ਦੀ ਠੋਕਰਾ ਖਾਰ ਦੇਣ ਯੁਵਾਏਂਗੀ ਮਾਤਰ ਗੁਮਰਾ ਕੀਤਾ ਜਾਰਦਾ उन्हें भी आखिया कि मैं बार रो या अंदर मुफ्ती साहब का ख्वाब मैं जरूर पूरा करना चाहनी पर यद मी तुका साथ चाहिए उन बेला दा एक लौकी ब्रेक दा मिलने ब्रेक दे के बाद मजबूती की पहचान ए सी सी सीमेंट मैस बिशनदास जसवाल एंड सन्स आथराइज ए सी सी सीमेंट फोर्टीफाइव ट्रांसपोर्ट नगर जम्मू ਬ੍ਰੇਕ ਦੇ ਬਾਅਦ ਪਰਤੀਏ ਤੁੰਦਾ ਸਵਾਗਤ ਹੈ ਹਫਤੇ ਦੇ ਲੇਖੇ ਜੋਖੇ ਚ ਸੜਕਾਂ ਸਿੰਗੀ ਕੱਟ ਕਰਨੇ ਤੇ ਰਾਹ ਗਿਰੇਗੀ ਵਾਹਨ ਚਲਾਉਂਦੇ ਵੇਲੇ ਯਾਤਿਆਤ ਨਿਯਮਾਂ ਦੇ ਪਾਲਨ ਬਾਰੇ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਜੰਮੂ ਨੇ ਖਾਸ ਜਾਗਰੂਕ ਅਭਿਆਨ ਮੰਗਲਵਾਰ ਹੈ ਸ਼ੁਰੂ ਕੀਤਾ ਇਹਦੇ ਤਹਿਤ ਨਾਕਿਆਂ ਉੱਪਰ ਤਣਾਤ ਪੁਲਿਸ ਕਰਮੀ ਯਾਤਿਆਤ ਕੀ ਸਚਾਰੂ ਕਰਨ ਲਈ ਲੋਕਾਂ ਚ ਯਾਤਿਆਤ ਨਿਯਮਾਂ ਦੀ ਅਵਗਤ ਕਰਵਾਉਣ ਇਨਸਪੈਕਟਰ ਸਤ ਦੇ ਅਧਿਕਾਰੀਆਂ ਦੀ ਪਰਚੇ ਸੌਂਪੇਗੇ ਇਨੇ ਪਰਚੇ ਚ ਯਾਤਿਆਤ ਨਿਯਮਾਂ ਦੇ ਬਾਰੇ ਚ ਉਹਨੇ ਕੀ ਅਵਗਤ ਕਰਾਇਆ ਗਿਆ ਪਰਚੀਚ ਨਿਯਮਾਂ ਦੇ ਉਲੰਘਣ ਦੇ ਜੁਰਮਾਨੇ ਦੀ ਰਕਮ ਵੀ ਦੱਸੀ ਗਈ ਹੈ। ਦੱਖਣ ਕਸ਼ਮੀਰ ਦੇ ਸ਼ੋਪੀਆਂ ਚ ਮਨਰੇਗਾ ਦੇ ਤਹਿਤ ਬੱਚੇ ਦੇ ਵੀ ਜੌਬ ਕਾਰਡ ਬਣਾਈਏ ਸਰਕਾਰੀ ਖਜ਼ਾਨੇ ਕੀ ਚੂਨਾ ਲਾਣੇ ਦਾ ਪਰਦਾਫਾਸ਼ ਹੋਇਆ ਹੈ। ਪ੍ਰਸ਼ਾਸਨ ਨੇ ਗ੍ਰਾਮ ਵਿਕਾਸ ਵਿਭਾਗ ਦੇ ਤਿੰਨ ਕਰਮੀਆਂ ਕੀ ACD ਕਾਰ्यालय ਛੋਪੀਆਂ ਚ ਅਟੈਚ ਕਰੀ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਮਿਲੀ ਜਾਣਕਾਰੀ ਦੇ ਮੁਤਾਬਿਕ ਛੋਪੀਆਂ ਜ਼ਿਲ੍ਹੇ ਦੇ ਹੀਰਾਪੁਰ ਗਰਾਂਚ ਏ ਗੋਟਾਲਾ ਉਹ ਹੈ ਗਰਾਂ ਦੇ ਕਿਛ ਲੋਕ ਜਿਸ ਲਈ ਆਪਣੇ ਬੱਚੇ ਦੀ ਮਿਲਣ ਵਾਲੀ ਸਰਕਾਰੀ ਛਾਤ੍ਰੀਵ੍ਰਤੀ ਤੇ ਆਰਕਸ਼ਨ ਕੋਟੇ ਦੇ ਤਹਿਤ ਕੋਚਿੰਗ ਸੰਸਥਾਨ ਚ ਦਾਖਲੇ ਲਈ ਸਰਬੰਧਿਤ ਸਿੱਖਿਆ ਅਧਿਕਾਰੀਆਂ ਕੋਲ ਪੁਝੇ ਤੇ ਇੱਥੇ ਪਤਾ ਚੱਲਿਆ ਜੀ ਉਹਦੇ ਬੱਚੇ ਦੇ ਨਾਮ ਉੱਪਰ ਮਨਰੇਗਾ ਦਾ ਜੌਬ ਕਾਰਡ ਹੈ ਖਾਤੀਂ ਚ ਮਨਰੇਗਾ ਦੇ ਤਹਿਤ ਕੀਤੇ ਗਏ ਕੰਮੇ ਦੀ ਦਿਹਾੜੀ ਦਾ ਪੈਸਾ ਵੀ ਆਇਆ ਦਾ ਅਮਨਤ ਯਾਤਰਾ 2021 ਚੁੱਪ ਸ਼ਿਪਕ ਤੇ ਲਈ ਸ੍ਰੀਨਗਰ ਅੰਤਰਰਾਸ਼ਟਰੀ 에어ਪੋਰਟ ਥਵਾ ਆਦਾਰ ਸ਼ਿਵਰ ਬਲਟਾਲ ਤੋਂ ਦੀ ਅਵਾਇ ਸੇਵਾ ਮਿਲ ਜਾਦੀ ਹੈ ਯਾਤਰਾ ਤਿਆਰੀ ਦੇ ਵਿੱਚ ਸ੍ਰੀਨਗਰ ਥਵਾ ਬਲਟਾਲ ਲਈ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦਾ ਸੁਝਾਅ ਰੱਖਿਆ ਗਿਆ ਹੈ ਜ਼ਰੂਰਤਮੰਦ ਯਾਤਰੀਆਂ ਲਈ ਇਸ ਸਭਨੇਸ਼ਾ ਵੱਡੀ ਸੁਵਿਧਾ ਹੋਗ ਉਹਨੇ ਤੋਂ ਦੀ ਬਲਟਾਲ ਥਵਾ ਪੰਜਤਨੀ ਤੇ ਪਹਿਲਗਾਮ ਥਵਾ ਪੰਜਤਨੀ ਤੋਂ ਦੀ ਹੈਲੀਕਾਪਟਰ ਸੇਵਾ ਦਿੱਤੀ ਜਾਂਦੀ ਹੈ ਬੁੱਧਵਾਰੇ ਜੰਮੂ ਤੇ ਕਸ਼ਮੀਰ ਦੋਨੇ ਸੰਭਾਗੇ ਦੇ ਮੰਡਲਾ ਯੁਕਤੇ ਯਾਤਰਾ ਤਿਆਰੀਆਂ ਲਈ ਬੈਠਕ ਲਈ ਨਿਰਦੇਸ਼ ਜਾਰੀ ਕੀਤੇ ਸ੍ਰੀਨਗਰ 에ਅਰਪੋਰਟ ਤੋਂ ਬਾਲਟਾਲ ਤੋੜੀ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਤਿਆਰੀ ਸਾਂਝਾ ਕੀਤੀ ਗਈ ਮੰਡਲਾਯੁਕਤ ਕਸ਼ਮੀਰ ਪੰਡੂਰੰਗ ਕੇਪੋਲੋ ਨੇ ਆਖਿਆ ਜੇ ਸ੍ਰੀਨਗਰ ਤੋਂ ਬਾਲਟਾਲ ਤੋੜੀ ਸੇਵਾ ਸ਼ੁਰੂ ਹੋਣੇ ਥਾਂ ਸ਼ਰਦਾਲੂਆਂ ਨੂੰ ਮਤਿਆਰੀ ਇਰਾਹਤ ਮਿਲਗ ਜੰਮੂ ਕਸ਼ਮੀਰ ਪੁਲਸਾ ਨੇ ਸ਼ਨੀਵਾਰੇ ਬੜੀ ਵੱਡੀ ਸਫਲਤਾ ਹਾਸਲ ਕੀਤੀ ਜਿਹਦੇ ਵਿੱਚ ਜੰਮੂ ਪੁਲਸਾ ਤੇ ਅਨੰਤਨਾ ਪੁਲਸਾ ਨੇ ਸੰਯੁਕਤ ਅਭਿਆਨ ਚ ਸ਼ੋਪੀਆ ਜ਼ਿਲ੍ਹੇ ਦੇ ਆਤੰਕਵਾਦੀ ਗਤੀਵਿਧੀਆਂ ਦਾ ਸੰਚਾਲਨ ਕਰਨ ਵਾਲੇ ਲਸ਼ਕਰੇ ਮੁਸਤਾਫਾ ਦੇ ਕਮਾਂਡਰ ਹਿਦਾਇਤੁੱਲਾਹ ਨੂੰ ਗ੍ਰਿਫਤਾਰ ਕਰ ਲਿਆ ਆਤੰਕੀ ਹਿਦਾਇਤੁੱਲਾਹ ਮਲਿਕ ਜੰਮੂ ਦੇ ਕੁੰਜਵਾਨੀ ਸਥਿਤ ਵਿਸ਼ਾਲ ਮੈਗਾ ਮਾਰ ਦੇ ਕੋਲਾ ਫੜਿਆ ਗਿਆ ਐਸਐਸਪੀ ਜੰਮੂ ਨੇ ਇਹਦੀ ਜਾਣਕਾਰੀ ਦਿੱੰਦਿਓ ਯਾ ਕਿ ਅੱਜ ਪੁਲਿਸ ਕਾਰਵਾਈ ਦੇ ਦੌਰਾਨ ਆਤੰਕੀ ਨੇ ਸੁਰੱਖਿਆ ਬਲਿਆਂ ਪਰ ਅਮਲਾਬੀ ਕੀਤਾ ਤੇ ਗ੍ਰਿਫਤਾਰ ਆਤੰਕੀ تھਵਾ ਇੱਕ ਪਿਸਟਲ ਤੇ ਗ੍ਰੇਨੇਡ ਬਰਾਮਦ ਕੀਤਾ ਗਿਆ ਜੰਮੂ ਕਸ਼ਮੀਰ ਹਾਈ ਕੋਰਟ ਦੀ ਡਿਵੀਜ਼ਨਲ ਬੈਂਚ ਨੇ ਡੋਗਰਾ ਸ਼ੋਰੇ ਦੀ ਪ੍ਰਤੀਕ ਇਤਿਹਾਸਿਕ ਮੁਵਾਰਕ ਮੰਡੀ ਦੇ ਜੀਨੋ ਦਵਾਰ ਕੰਮੇਗੀ ਪੂਰਾ ਹੋਣੇ ਚ ਉਹ ਆਦੀ ਦੇਰੀ ਉੱਪਰ ਸਰਕਾਰ تھਵਾ ਸਪਸ਼ਟੀਕਰਨ ਮੰਗਿਆ ਬੈਂਚ ਨੇ ਸਰਕਾਰ ਕੀ ਇੱਕ ਮਹੀਨੇ ਦੇ ਬਿਤੇਰ ਇਸ ਕੰਮਾ ਕੀ ਲੱਗਨੇ ਵਾਲੇ ਸਮੇਂ ਕਰਨੇ ਸੰਭਾਵਿਤ ਖਰਚ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨਾ ਹਾਈ ਕੋਰਟ ਦੀ ਡਿਵੀਜ਼ਨਲ ਬੈਂਕ ਚ ਚੀਫ ਜਸਟਿਸ ਪੰਕਜ ਮਿੱਥਲ ਤੇ ਜਸਟਿਸ ਰਜਨੀਸ਼ ਓਸਵਾਲ ਨੇ ਠਾਕੁਰ ਛੱਤਰ ਸਿੰਘ ਹੁੰਦੀ ਬਕੀਆ ਦਾਇਰ ਕੀਤੀ ਗਈ ਦੀ ਜਨ ਹਿੱਤ ਯਾਚਿਕਾ ਦੀ ਸੁਣਵਾਈ ਦੇ ਦੌਰਾਨ ਇਹ ਨਿਰਦੇਸ਼ ਦਿੱਤੇ ਜਨ ਹਿੱਤ ਯਾਚਿਕਾ ਚ ਮਾਰਕ ਮੰਡੀ ਰਾਇਲ ਡੋਗਰਾ ਪੈਲੇਸ ਦੀ ਜੀਨੋਦਾਰ ਦੀ ਮੰਗ ਕਰਦੇ ਹੋਏ ਆਖਿਆ ਗਿਆ ਜੇ ਇਹ ਜੰਮੂ ਦੀ ਇਤਿਹਾਸਿਕ ਦਰੌਹਰ ਹੈ ਤੇ ਇਹਦਾ ਤੈਰ ਸਮੇਂ ਚ ਜੀਨੋਦਾਰ ਉਹਨੇ ਤੇ ਸਾਰੇ ਰਿਕਾਰਡ ਕੀ ਡਿਜੀਟਲ ਕਰਨੇ ਦੀ ਜ਼ਰੂਰਤ ਹੈ ਆਫ ਤੇ ਦੇ ਲੇਖ ਜੋਕੇ ਦੇ ਅੱਜ ਦੇ ਇਸ ਅੰਕ ਚ ਬਸ ਇੰਨਾ ਗਏ ਮੀ ਤੇ ਮੇਰੀ ਪੂਰੀ ਟੀਮ ਕੀ ਦਿਓ ਇਜਾਜ਼ਤ ਤੇ ਤੁਸ ਸਿੱਖ ਰਹੋ ਪੀਪੀ ਨਿਊਜ਼ ਲਾਈਨ ਨਮਸਕਾਰ ਮਜ਼ਬੂਤੀ ਕੀ ਪਹਿਚਾਨ اے سی سی ਸੀਮੈਂਟ ਮੈਸਰਸ ਬਿਸ਼ਨਦਾਸ ਜਸਵਾਲ ਐਂਡ ਸਨਸ ਆਥਰਾਇਜ਼ਡ ਸਟਾਕਿਸਟ اے سی سی ਸੀਮੈਂਟ 45 ਟ੍ਰਾਂਸਪੋਰਟ ਨਗਰ ਜੰਮੂ